ਨੌਤ ਤਾਂ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਹੈ, ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ 'ਚ ਕੋਈ ਨਾ ਕੋਈ ਬੰਦੇ ਨੂੰ ਇਹ ਲਗਾਮ ਖੁੱਲ੍ਹੀ ਛੱਡ ਦਿੰਦੇ ਆ, ਔਰ ਇਹ ਪਾਣੀ 'ਚ ਵੱਟਾ ਮਾਰ ਕੇ ਦੇਖਦੇ ਵੀ ਕਿੰਨੀਆਂ ਤਰੰਗਾਂ ਉੱਠਦੀਆਂ, ਕਿੰਨਾ ਕੁ ਹਲਚਲ ਹੁੰਦੀ ਹੈਗੀ ਹੈ ਸਾਡੇ ਇਸ ਬਿਆਨ ਨਾਲ। ਅਤੇ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਦੇ ਅੰਗਰੇਜ਼ੀ 'ਚ ਕਿ ਮੂੰਹ ਫੱਟ ਹੈਗੀ ਹੈ, ਕਦੀ ਤਾਂ ਕਿਸਾਨਾਂ ਨੂੰ ਕਹਿੰਦੀ ਹੈ ਕਿ ਖਾਲਿਸਤਾਨੀ ਹੈਗੀ ਹੈ, ਕਦੀ ਕਹਿੰਦੀ ਇੱਥੇ ਜਿਹੜੀਆਂ ਬਜ਼ੁਰਗ ਲੇਡੀਜ਼ ਸਾਡੀ ਮਾਵਾਂ ਭੈਣਾਂ ਜਾਂਦੀਆਂ ਉੱਥੇ ਮਜ਼ਾਰਿਆਂ 'ਚ, ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਹੈ, ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਸੰਘਰਸ਼ ਰਿਹਾ ਕਿਸਾਨ ਅੰਦੋਲਨ। ਉਸ ਅੰਦੋਲਨ 'ਚ ਸ਼ਾਮਿਲ ਹੋਣੇ ਔਰਤਾਂ ਨੂੰ ਕਹਿੰਦੀ ਕਿ 100 ਰੁਪਏ ਕਿਰਾਏ 'ਤੇ ਲੈਂਦੀਆਂ ਔਰਤਾਂ ਹੈਗੀਆਂ, ਕਦੇ ਉੱਥੇ ਕਹਿੰਦੀ ਹੈ ਕਿ ਉੱਥੇ ਰੇਪ ਹੁੰਦੇ ਰਹੇ, ਕਦੇ ਇਹ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਨ ਜੇਠਰੀ ਸੰਜੀਦਗੀ ਨਾਲ ਤਾਂ ਇੱਥੇ ਬੰਗਲਾਦੇਸ਼ ਵਰਗੇ ਹਾਲਤ ਬਣ ਜਾਣੇ ਸੀਗੇ। ਜਦਕਿ ਸਭ ਨੂੰ ਪਤਾ ਹੈਗਾ ਕਿ ਐਡੇ ਵੱਡੇ ਅੰਦੋਲਨ 'ਚ, ਇੰਨਾ ਲੰਮੇ ਚੰਮੇ ਲੰਮੇ ਚੱਲੇ ਅੰਦੋਲਨ 'ਚ ਇੱਕ ਵੀ ਪੱਤਾ ਨਹੀਂ ਤੋੜਿਆ, ਇੱਕ ਵੀ ਫੁੱਲ ਨਹੀਂ ਤੋੜਿਆ, ਇੱਕ ਵੀ ਵੱਟਾ ਨਹੀਂ ਚੱਲਿਆ ਹੈਗਾ, ਇੱਕ ਵੀ ਕੋਈ ਜਾਤੀ ਨਹੀਂ ਕੀਤੀ ਕਿਸਾਨਾਂ ਨੇ। ਬੜੀ ਸ਼ਾਂਤਮਈ ਸੰਘਰਸ਼ ਹੈਗਾ ਜਿਹਦੀ ਦੁਨੀਆ ਭਰ 'ਚ ਇੰਨਾ ਬੜਾ ਲੰਬਾ ਸੰਘਰਸ਼ ਸ਼ਾਂਤਮਈ ਦੀ ਕੋਈ ਉਦਾਹਰਣ ਨਹੀਂ ਮਿਲਦੀ ਹੈਗੀ, ਮਿਸਾਲੀ ਸੰਘਰਸ਼ ਹੈਗਾ। ਸੋ ਉਸ ਬਾਰੇ ਵੀ ਜੋ ਬਕੜਵਾ ਕਰਦੀ ਹੈਗੀ ਹੈ, ਜੋ ਹਾਲਾਂਕਿ ਮੈਂ ਉਹਦੀ ਹਮਾਇਤ ਨਹੀਂ ਕਰਦਾ, ਜੋ ਸਾਡੀ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ ਏਅਰਪੋਰਟ 'ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ, ਉਹ ਵੀ ਜਿਸ ਤਰ੍ਹਾਂ ਇਹਨਾਂ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਹੈ ਪੰਜਾਬੀਆਂ ਦੇ ਅੰਦਰ, ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਹੈ, ਉਹਦਾ ਇੱਕ ਜਵਾਬ ਸੀਗਾ ਜੋ ਇਹਨੂੰ ਚੰਡੀਗੜ੍ਹ ਇਹਨੂੰ ਐਵਕਿਆ। ਔਰ ਬੀਜੇਪੀ ਇਹ ਨਹੀਂ ਕਿ ਉਹ ਇਹਨੂੰ ਰੋਕ ਨਹੀਂ ਸਕਦੀ, ਰੋਕ ਸਕਦੀ ਹੈ। ਪਹਿਲਾਂ ਸਿਮ੍ਰਿਤੀ ਇਰਾਨੀ ਸੀਗੀ ਪਿਛਲੀ ਲੋਕ ਸਭਾ 'ਚ, ਉਸ ਤੋਂ ਪਹਿਲਾਂ ਕੋਈ ਹੋਰ ਸੀਗਾ, ਅਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀਆਂ ਲਗਾਮਾਂ ਖੁੱਲ੍ਹੀਆਂ ਛੱਡੀਆਂ ਹੋਈਆਂ। ਉਹ ਕਿੰਨਾ ਚਿਰ ਖੁੱਲ੍ਹੀਆਂ ਛੱਡ ਦੇ, ਕਦੋਂ ਉਹਨੂੰ ਚੁੱਪ ਕਰਾਉਣਾ, ਇਹ ਬੀਜੇਪੀ ਦਾ ਕੰਮ ਹੈਗਾ। ਸਾਡਾ ਇਹ ਪ੍ਰਤੀਕਰਮ ਇਹੀ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੇ, ਬਤੌਰ ਔਰਤ ਦੀ ਇੱਜ਼ਤ ਕਰਦੇ ਹਾਂ, ਪਰ ਉਹਨੂੰ ਇੱਦਾਂ ਦੀ ਜਿਹੜੀ ਮਤਲਬ ਘਟੀਆ ਬਿਆਨਬਾਜ਼ੀ ਹੈਗੀ ਹੈ, ਜਿਹੜੀ ਮਤਲਬ ਜਿਹੜੀ ਪੰਜਾਬ ਦੇ ਗੌਰਵ ਨੂੰ, ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ, ਉਹ ਤੋਂ ਉਹਨੂੰ ਪਰਹੇਜ਼ ਕਰਨਾ ਚਾਹੀਦਾ। ਹਾਂਜੀ ਨਹੀਂ ਦੇਖੋ ਜੀ, ਜੇ ਇੱਕ ਬੈਗ ਜਨਰਲੀ ਮੈਂ ਕਿਸੇ ਵੀ ਆ ਜਿਹੜਾ ਆਰਟ ਦਾ ਪੀਸ ਹੈਗਾ, ਚਾਹੇ ਉਹ ਕੋਈ ਲਿਖਣ ਕਲਾ ਦਾ ਪੀਸ ਹੈ, ਚਾਹੇ ਉਹ ਕੋਈ ਡਰਾਮਾ ਹੈਗਾ, ਚਾਹੇ ਕੋਈ ਫਿਲਮ ਹੈਗੀ ਹੈ, ਚਾਹੇ ਕੋਈ ਹੋਰ ਮਾਧਿਅਮ ਹੈਗਾ ਪ੍ਰਚਾਰ ਪ੍ਰਸਾਰ ਦਾ, ਮੈਂ ਉਹਦੇ 'ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ। ਪਰ ਜਿਹੜਾ ਆਰਟ ਦਾ ਪੀਸ, ਚਾਹੇ ਫਿਲਮ ਕਿਉਂ ਹੋਵੇ, ਚਾਹੇ ਉਹ ਲਿਖਤੀ ਕਿਉਂ ਨਾ ਹੋਵੇ, ਜੇ ਇੱਕ ਇੱਕ ਵਰਗ ਵਿਸ਼ੇਸ਼ ਦੇ ਖਿਲਾਫ ਨਫ਼ਰਤ ਫੈਲਾਉਂਦੀ ਹੋਵੇ, ਜਾਂ ਉਹਦੇ ਅਕਸ ਵਿਗਾੜਦੀ ਹੋਵੇ, ਜਾਂ ਉਹ ਇੱਕ ਅਮਨ ਚੈਨ ਵਾਲੇ ਭਾਈਚਾਰੇ 'ਚ ਉਹ ਲਾਂਭੂ ਲਾਉਣ ਦਾ ਕੰਮ ਕਰਦੀ ਹੋਵੇ, ਤਾਂ ਲਾਜ਼ਮੀ ਤੌਰ 'ਤੇ ਉਸ ਫਿਲਮ ਦੀ ਜਿਹੜੀ ਸੈਂਸਰ ਬੋਰਡ ਨੇ ਉੱਤੇ ਸਵਾਲ ਖੜ੍ਹੇ ਕੀਤੇ ਹੈਗੇ, ਬਿਲਕੁਲ ਜਾਇਜ਼ ਨੇ, ਔਰ ਉਹਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ। ਡਾਕਟਰ ਸਾਹਿਬ, ਸਿਮਰਨਜੀਤ ਸਿੰਘ ਮਾਨ ਨੇ ਵੱਡਾ ਕੱਦ ਹੈ, ਉਮਰ ਵੀ ਵੱਡੀ ਹੈ, ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਹੈ ਕੰਗਣਾ? ਨਹੀਂ, ਉਹ ਬੜੀ ਭੱਦੀ ਟਿੱਪਣੀ, ਮੈਂ ਉਹਦਾ ਬਿਲਕੁਲ ਹਮਾਇਤੀ ਨਹੀਂ ਹੈਗਾ। ਉਹਨਾਂ ਨੇ ਜੋ ਕਿਹਾ ਹੈਗਾ ਉਹਨਾਂ ਦੇ ਕੱਦ ਦੇ ਲੀਡਰ ਨੂੰ, ਉਹਨਾਂ ਦੀ ਉਮਰ ਦੇ ਲੀਡਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਇੰਨੀ ਮਤਲਬ ਘੱਟੀ ਘਟੀਆ ਸ਼ਬਦਾਵਲੀ ਕਿਸੇ ਔਰਤ ਵਾਸਤੇ ਵਰਤੀ ਜਾਵੇ, ਚਾਹੇ ਉਹ ਔਰਤ ਸਿਆਸੀ ਤੌਰ 'ਤੇ ਕਿੰਨੀ ਵੀ ਵੱਡੀ ਵਿਰੋਧੀ ਕਿਉਂ ਨਾ ਹੋਵੇ। ਸੁਖਬੀਰ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤਾ? ਦੇਖੋ, ਸੁਖਬੀਰ ਬਾਦਲ ਨੂੰ ਤਨਖਾਹੀਆਂ ਕਰਾਰ ਦਿੱਤਾ ਗਿਆ, ਮੈਨੂੰ ਨਹੀਂ ਪਤਾ ਅਕਾਲੀਆਂ ਨੇ ਕਿੰਨਾ ਗਲਤ ਕੀਤਾ, ਜੋ ਕੀਤਾ ਉਹ ਮਤਲਬ ਕਿੰਨੇ ਲੰਮੇ ਸਮੇਂ 'ਚ ਉਹਨਾਂ ਨੇ ਜੋ ਪੰਜਾਬ 'ਚ ਰਾਜ ਕੀਤਾ ਉਹਦੇ ਦੌਰਾਨ ਕੀ ਕੁਛ ਉਹਨਾਂ ਨੇ ਕੁਕਰਮ ਕੀਤੇ ਹੈਗੇ, ਨਾ ਇਹਦਾ ਮੇਰੇ ਕੋਲ ਸਬੂਤ ਹੈਗਾ। ਪਰ ਜੋ ਪਬਲਿਕ ਪਰਸੈਪਸ਼ਨ ਹੈਗੀ ਹੈ, ਦੋ ਗੱਲਾਂ ਨਾਲ ਜੁੜ ਕੇ, ਇੱਕ ਡੇਰਾ ਸੱਚਾ ਸੌਦਾ ਨਾਲ ਜੋ ਮਾਫ਼ੀ ਦੇਣ ਦਾ ਮਾਮਲਾ ਹੈਗਾ ਵੋਟਾਂ ਵਾਸਤੇ, ਔਰ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਜੋ ਜੇਬੀ ਜਥੇਦਾਰ ਬਣਾ ਲਏ ਸੀਗੇ ਘੜੇ ਚੋਂ ਪਰਚੀਆਂ ਕੱਢਣ ਵਾਂਗ, ਉਹਦੀ ਅਕਾਲ ਤਖ਼ਤ ਦੀ ਜੋ ਇੱਕ ਸੁਪਰਮੇਸੀ ਹੈਗੀ ਹੈ, ਜੋ ਇੱਕ ਉਹਦਾ ਵਕਾਰ ਹੈਗਾ, ਜੋ ਉਹਨੂੰ ਢਾਲ ਆਈ ਹੈਗੀ, ਅਤੇ ਦੂਜਾ ਨਸ਼ਿਆਂ ਦੇ ਮਾਮਲੇ ਜੋ ਅਕਾਲੀਆਂ ਦਾ ਨਾ ਜੁੜਦਾ ਹੈਗਾ ਹੈ, ਔਰ ਜਿਹੜੀ ਬਹੁਤ ਸਾਰੀਆਂ ਖਾਸ ਤੌਰ 'ਤੇ ਚੱਟੋਪਾਧੇ ਰਿਪੋਰਟ ਹੈਗੀ ਹੈ, ਉਹਦੇ 'ਚ ਬੜਾ ਕੁਛ ਇਹੋ ਜਿਹੇ ਖੁਲਾਸੇ ਹੈਗੇ ਹੈ, ਜਿਹੜੀ ਹਾਈ ਕੋਰਟ ਨੇ ਅਜੇ ਵੀ ਰਿਪੋਰਟ ਪੂਰੀ ਤਰ੍ਹਾਂ ਸ਼ਾਇਆ ਨਹੀਂ ਹੋਈ, ਨਸ਼ਰ ਨਹੀਂ ਹੋਈ ਹੈਗੀ ਹੈ। ਤਾਂ ਇਹ ਜਿਹੜੇ ਦੋ ਇਲਜ਼ਾਮ ਅਕਾਲੀਆਂ ਦੇ ਨਾਲ ਜੁੜ ਗਏ ਹੈਗੇ ਹੈ,
ਉਹਦੇ ਨਾਲ ਇੱਕ ਹੁੰਦਾ ਕਿ ਤੁਸੀਂ ਲਾਈਕ ਨਹੀਂ ਕਰਨਾ, ਯੂ ਡੋਂਟ ਲਾਈਕ, ਯੂ ਡਿਸਲਾਈਕ, ਕਿਸੇ ਨੂੰ ਪਸੰਦ ਨਹੀਂ ਕਰਨਾ, ਲੋਕੀ ਕਰ ਲਿਓ ਨਫ਼ਰਤ ਕਰ ਲਾ ਪਏ ਪੰਜਾਬੀ। ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਧਾਰਮਿਕ ਸਜ਼ਾ ਜਿਹੜੀ ਸੁਣਾਈ ਜਾ ਰਹੀ ਹੈ ਸੁਖਬੀਰ ਬਾਦਲ ਨੂੰ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ, ਪਰ ਜਿਹੜਾ ਗੁਨਾ ਹੈ ਉਹ ਸਿਆਸੀ ਹੈ, ਵੋਟਾਂ ਪਿੱਛੇ ਸਾਰਾ ਕੁਛ ਹੋਇਆ, ਪਰ ਉਹਨੂੰ ਧਾਰਮਿਕ ਚ ਡਿਵਾਈਡ ਕਰਤਾ ਵੀ ਸਜ਼ਾ ਅਕਾਲ ਤਖ਼ਤ ਸਾਹਿਬ ਤੋਂ ਹੋ ਰਹੀ ਹੈ, ਜਦਕਿ ਸਾਰਾ ਕੰਮ ਹੈ ਜਿਹੜਾ ਵੋਟਾਂ ਕਰਕੇ। ਨਹੀਂ, ਜਦੋਂ ਤੁਸੀਂ ਧਰਮ ਨੂੰ ਰਲਗੜ ਕਰੋਗੇ ਸਿਆਸਤ ਨਾਲ ਤਾਂ ਇਹ ਇਦਾਂ ਦੇ ਪ੍ਰਤਾਰੇ ਬਾਪਾ ਨੇ ਲਾਜ਼ਮੀ ਹੈਗੇ ਹੈ। ਮਤਲਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਗੁਨਾਹ ਸਿਆਸੀ ਹੈਗਾ, ਗੁਨਾਹ ਪੰਜਾਬ ਦੇ ਲੋਕਾਂ ਨਾਲ ਸਿਆਸਤ ਰਾਹੀਂ ਗੁਆ ਗੁਨਾਹ ਕੀਤਾ ਹੈਗਾ, ਕਿਉਂਕਿ ਸੱਤਾ ਵਿੱਚ ਸੀਗੀ ਇਸ ਕਰਕੇ ਗੁਨਾਹ ਕਰਨ ਦੇ ਕਾਬਲ ਹੋਇਆ, ਲੋਕਾਂ ਦੀ ਪਾਵਰ ਲੈ ਕੇ ਹੀ ਗੁਨਾਹ ਕੀਤਾ ਹੈਗਾ, ਪਰ ਉਹਦੀ ਸਜ਼ਾ ਧਾਰਮਿਕ ਲਵਾ ਕੇ ਬਰੀ ਹੋਣਾ ਚਾਹੁੰਦੇ ਹੈਗੇ। ਤੇ ਜੇਕਰ ਇਹ ਗੱਲ ਹੈਗੀ ਹੈ ਤਾਂ ਮੈਨੂੰ ਲੱਗਦਾ ਕੋਈ ਜਿਹੜੀ ਸੰਜੀਦਾ ਜਿਹੜੀਆਂ ਰਿਪੋਰਟਾਂ ਆਈਆਂ ਨੇ, ਤਫਤੀਸ਼ੀ ਰਿਪੋਰਟਾਂ ਆਈਆਂ ਨੇ ਜਿਹੜੀਆਂ ਕਿ ਵੱਡੇ ਵੱਡੇ ਅਫਸਰਾਂ ਨੇ ਕੀਤੀਆਂ ਨੇ ਜਾਂ ਕੋਰਟ ਨੇ ਕੀਤੀਆਂ ਨੇ, ਉਹਨਾਂ ਰਾਹੀਂ ਜਿਹੜੀ ਦੁਨਿਆਵੀ ਅਦਾਲਤ ਹੈਗੀ ਉਹਦੇ ਬਕਾਇਦਾ ਮੁਕੱਦਮਾ ਚੱਲੇ ਜੇ ਦੋਸ਼ੀ ਨੇ। ਜਿਹੜੀ 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 ਅਕਾਲ ਤਖ਼ਤ ਦੀ ਜਿਹੜੀ ਬੇਕਦਰੀ ਹੈਗੀ ਹੈ, ਉਹਦੀ ਜਿਹੜੀ ਅਕਾਲ ਤਖ਼ਤ ਦੀ ਸਰਵਉੱਚਤਾ ਹੈਗੀ ਹੈ ਜੋ ਉਹਨੂੰ ਨਕਾਰਿਆ ਗਿਆ, ਉਹਨੂੰ ਢਾਲ ਲੱਗੀ ਹੈ, ਉਹਦੀ ਸਜ਼ਾ ਅਕਾਲ ਤਖ਼ਤ ਦੇਵੇ। ਜਿਹੜਾ ਪੰਜਾਬ ਨੂੰ ਨਸ਼ਿਆਂ ਦੇ ਮਾਮਲੇ ਜੋ ਦੋਸ਼ੀ ਪੰਜਾਬ ਮੰਨਦਾ ਹੈਗਾ ਜਾਂ ਅਦਾਲਤਾਂ ਮੰਨਦੀਆਂ ਜਾਂ ਕਮੇਟੀਆਂ ਮੰਨਦੀਆਂ ਜਾਂ ਜਿਹੜੀਆਂ ਉੱਚ ਪੱਧਰੀ ਜਿਹੜੀ ਜਾਂਚ ਹੈਗੀ ਹੈ ਉਹ ਜੇ ਨਾ ਬੋਲਦਾ ਹੈਗਾ ਤਾਂ ਉਹਦੀ ਸਜ਼ਾ ਜਿਹੜੀ ਜਿਹੜੀਆਂ ਦੁਨਿਆਵੀ ਅਦਾਲਤਾਂ ਹੈਗੀਆਂ ਉਹਨਾਂ ਰਾਹੀਂ ਮਿਲਣੀ ਚਾਹੀਦੀ ਹੈਗੀ। ਅੱਜ ਜਿਹੜਾ ਅਕਾਲੀ ਦਲ ਦਾ ਧੜਾ ਬਾਗੀ ਹੋਇਆ ਪਿਆ ਸੁਖਬੀਰ ਬਾਦਲ ਉਹਨਾਂ ਦੇ ਵੇਲੇ, ਪਰ ਜਦੋਂ ਇਹ ਗੁਨਾਹ ਹੋਏ ਨੇ ਤਾਂ ਉਹ ਦੋਨੋਂ ਧੜੇ ਇਕੱਠੇ ਸੀ, ਬਿਲਕੁਲ ਇੱਕ ਦੂਜੇ ਤੇ ਸਵਾਲ ਖੜਾ ਕਰ। ਨਹੀਂ ਬਿਲਕੁਲ, ਉਹ ਬਿਲਕੁਲ ਬਰਾਬਰ ਦੇ ਸ਼ਾਮਿਲ ਸੀਗੇ, ਬਰਾਬਰ ਦੇ ਗੁਨਾਹਗਾਰ ਸੀਗੇ, ਬਰਾਬਰ ਦੇ ਉਹਨੀ ਆਨੰਦ ਮਾੜਿਆ, ਲਾਲ ਬੱਤੀ ਵਾਲੀ ਗੱਡੀਆਂ ਝੂਟੀਆਂ ਹੈਗੀਆਂ, ਤੇ ਅੱਜ ਉਹਨਾਂ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਉਹ ਇੱਕ 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 ਬੰਦੇ ਨੂੰ ਜਾਂ ਦੋ ਬੰਦਿਆਂ ਨੂੰ ਟਾਰਗੇਟ ਕਰਕੇ ਆਪ ਬਰੀ ਹੋਣ ਹੈਗਾ, ਤੇ ਉਹਨਾਂ ਨੂੰ ਵੀ ਬਕਾਇਦਾ ਮਾਫ਼ੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਕੋਲੋਂ, ਉਹਨਾਂ ਨੂੰ ਵੀ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਚਾਹੀਦੀ ਹੈਗੀ। ਦੇਖੋ, ਅਸੀਂ ਮਤਲਬ ਸਰਦਾਰ ਗੁਰਮੀਤ ਸਿੰਘ ਥੂਹੀ ਹੋਰਾਂ ਦੀ ਅਗਵਾਈ ਵਿੱਚ ਪਿਛਲੇ ਇੱਕ ਮਹੀਨੇ ਤੋਂ ਮਨਰੇਗਾ ਵਰਕਰ ਜਿਹੜੇ ਕੋਈ ਐਨੀ ਕਿ ਕੋਈ ਉਹਨਾਂ ਦੀ ਮੰਗ ਗੈਰ ਵਾਜਬ ਹੈ, ਪੂਰੀ ਵਾਜਬ ਮੰਗ ਨੂੰ ਲੈ ਕੇ ਲਗਾਤਾਰ ਧਰਨੇ 'ਤੇ ਬੈਠੇ ਨੇ। ਸਰਕਾਰ ਦੀ ਆਪਣੀਆਂ ਨਲੈਕੀਆਂ ਕਰਕੇ, ਜ਼ਿਲ੍ਹਾ ਪ੍ਰਸ਼ਾਸਨ ਦੀਆਂ, ਤਹਿਸੀਲ ਪ੍ਰਸ਼ਾਸਨ ਦੀਆਂ ਆਪਣੀਆਂ ਨਲੈਕੀਆਂ ਕਰਕੇ ਇਹਨਾਂ ਜਿਹੜੇ ਬਣਦੇ ਹੱਕ ਹੈ ਉਹ ਨਹੀਂ ਦਿੱਤੇ ਜਾ ਰਹੇ ਹੈਗੇ ਹੈ। ਇੱਕ ਤਾਂ ਪੰਜਾਬ ਸਰਕਾਰ ਦਿੱਲੀਓਂ ਜਿੰਨੇ ਪੈਸਾ ਆ ਸਕਦਾ ਹੈਗਾ, ਜਿਹੜੇ ਬਾਕੀ ਰਾਜ ਬਹੁਤ ਕਈ ਕਈ ਗੁਣਾ ਪੰਜਾਬ ਤੋਂ ਪੈਸਾ ਲੈ ਕੇ ਜਾ ਰਹੇ ਹੈ, ਪ੍ਰੋਪਰ ਪਲੈਨਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੇ ਹਲਕੇ ਦੀ ਦਰਜਾਬੰਦੀ ਕਰਕੇ ਉਹਦੀ ਪੂਰੀ ਉਹਦੀ ਮੁਕੰਮਲ ਪੜਤਾਲ ਕਰਕੇ ਕਿੰਨੇ ਬੰਦਿਆਂ ਨੂੰ ਕੰਮ ਚਾਹੀਦਾ, ਸਾਰੇ ਪ੍ਰੋਜੈਕਟ ਬਣਾ ਕੇ, ਚਾਹੇ ਸੈਂਟਰ ਤੋਂ ਬਹੁਤ ਪੈਸਾ ਲੈ ਕੇ ਜਾਂਦੇ ਨੇ ਬਾਕੀ ਰਾਜ, ਪਰ ਪੰਜਾਬ ਇਸ ਕੰਮ 'ਚ ਫਾਡੀ ਹੈਗਾ। ਸਰਕਾਰ ਚਾਹੇ ਕੋਈ ਰਹੀ ਹੋਵੇ, ਪੰਜਾਬ ਨੂੰ ਜਿੰਨਾ ਪੈਸਾ ਮਨਰੇਗਾ ਰਾਹੀਂ ਮਿਲ ਸਕਦਾ ਹੈਗਾ, ਪੰਜਾਬ ਕਦੀ ਉਹਦਾ ਪੂਰਾ ਜਿਹੜਾ ਆਪਣਾ ਮਾਣ ਨਹੀਂ ਸਕਿਆ, ਉਹ ਦਿੱਲੀ ਤੋਂ ਪੈਸਾ ਲਿਆਂਦਾ ਨਹੀਂ ਜਾ ਸਕਿਆ, ਕਿਉਂਕਿ ਜਿਹੜਾ ਪੰਜਾਬ ਦਾ ਬਿਊਰੋਕਰੇਸੀ ਹੈਗੀ ਹੈ, ਜਿਹੜੀ ਪੰਜਾਬ ਦੀ ਪੋਲੀਟੀਕਲ ਕਲਾਸ ਹੈਗੀ, ਉਹਦੀ ਗੈਰ ਦਿਆਨਦਾਰੀ, ਉਹਦੀ ਬੇਈਮਾਨੀ ਹੈਗੀ ਹੈ ਆਪਣੇ ਪੇਂਡੂ ਮਜ਼ਦੂਰਾਂ ਵਾਸਤੇ, ਪੇਂਡੂ ਲੋਕਾਂ ਵਾਸਤੇ। ਸੋ ਜਿਹੜੇ ਇਹ ਜਿਹੜੇ ਅੱਜ ਦੀਆਂ ਮੰਗਾਂ ਹੈਗੀਆਂ ਕਿ ਇੱਕ ਤਾਂ ਜਿਹੜੀ ਦਿਹਾੜੀ ਹੈਗੀ ਹੈ ਉਹ ਜਿਹੜੀਆਂ ਤਕਰੀਬਨ 30-35 ਦਿਹਾੜੀਆਂ ਲੱਗੀਆਂ ਸਨ, ਜਦਕਿ 100 ਦਿਹਾੜੀ ਕਾਨੂੰਨੀ ਤੌਰ 'ਤੇ ਮਿਲਣੀ ਚਾਹੀਦੀ ਹੈ। ਕਿੱਥੇ ਤਾਂ ਵੱਧਦੀ ਮਹਿੰਗਾਈ ਵਿੱਚ ਵੱਧਦੇ ਟੱਬਰਾਂ, ਜਿੱਥੇ ਪਰਿਵਾਰ ਦੇ ਜੀਅ ਵੱਧ ਰਹੇ ਹੈਗੇ ਆ, ਇਹ ਦਿਹਾੜੀਆਂ ਮਤਲਬ 100-150 ਹੋਣੀ ਚਾਹੀਦੀਆਂ ਸੀਗੀਆਂ, ਅਤੇ ਜਿਹੜੀ ਮਜ਼ਦੂਰੀ ਹੈ ਜਿਹੜੀ ਘੱਟੋ ਘੱਟ ਨਿਊਨਤਮ ਮਜ਼ਦੂਰੀ ਕਹਿੰਦੇ ਆ, ਜੋ ਕੋਰਟਾਂ ਵੀ ਤੈਅ ਕਰਦੀਆਂ, ਔਰ ਅਸੀਂ ਜਦੋਂ ਆਪਾਂ ਬਾਜ਼ਾਰ 'ਚੋਂ ਵੀ ਆਪਾਂ ਮਾਰਕੀਟ 'ਚ ਜਿਹੜੀ ਲੇਬਰ ਚੌਂਕ ਹੈਗਾ ਉੱਥੋਂ ਮਜ਼ਦੂਰ ਲੈ ਕੇ ਆਉਂਦੇ ਆ, ਤਾਂ ਮਜ਼ਦੂਰ ਅੱਜ ਕੱਲ੍ਹ 600 ਰੁਪਏ ਦੀ ਦਿਹਾੜੀ 'ਚ ਘੱਟ ਕੋਈ ਨਹੀਂ ਆਉਂਦਾ ਹੈਗਾ, ਪਰ ਸਾਡੇ ਜਿਹੜੇ ਪੇਂਡੂ ਮਜ਼ਦੂਰ ਹੈਗੇ ਜਿਹੜੇ ਉਨਾ ਹੀ ਕੰਮ ਕਰਦੇ ਜਿੰਨਾ ਮਤਲਬ ਬਾਕੀ ਹੋਰ ਕਰਦਾ ਹੈਗਾ, ਤਾਂ ਉਹਨਾਂ ਨੂੰ ਮਤਲਬ ਬਹੁਤ ਘੱਟ ਤਨਖਾਹ, ਹਰਿਆਣੇ ਤੋਂ ਵੀ ਘੱਟ ਪੰਜਾਬ 'ਚ ਮਨਰੇਗਾ
ਮਜ਼ਦੂਰਾਂ ਨੂੰ ਮਿਲਦੀ ਹੈਗੀ ਹੈ 320 ਰੁਪਏ ਦਿਹਾੜੀ, ਜਾਂ ਇਹਦੇ ਨੇੜੇ ਤੇੜੇ ਮਿਲਦੀ ਹੈਗੀ ਹੈ। ਸੋ ਨਾ ਤਾਂ ਪੂਰੀ ਦਿਹਾੜੀ ਮਿਲਦੀ ਹੈ, ਨਾ ਪੂਰਾ ਕੰਮ ਮਿਲਦਾ ਹੈਗਾ। ਅਤੇ ਦੂਜਾ ਕਿ ਉਹਦਾ ਪ੍ਰਾਵਧਾਨ ਜਿਹੜਾ ਕਿ ਮਨਰੇਗਾ ਕਾਨੂੰਨ ਵਿੱਚ ਹੈਗਾ ਕਿ ਜੇਕਰ ਦਿਹਾੜੀ ਨਹੀਂ ਦਿੱਤੀ ਜਾਂਦੀ ਜਾਂ ਤੁਹਾਡੇ ਕੋਲ ਪ੍ਰੋਜੈਕਟ ਨਹੀਂ ਬਣਦੇ ਹੈਗੇ, ਤਾਂ ਉਹਨਾਂ ਨੂੰ ਕਾਨੂੰਨੀ ਤੌਰ 'ਤੇ ਉਹਦਾ ਹੱਕ ਹੈਗਾ ਕਿ ਉਹ ਜਿਹੜਾ ਬੇਰੁਜ਼ਗਾਰੀ ਪੱਤਾ ਹੈਗਾ ਉਹ ਜਿਹੜਾ 100 ਦਿਨ ਪੂਰਾ ਕਰਨ ਵਾਸਤੇ, ਬਾਕੀ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਦਿੱਤਾ ਜਾਵੇ। ਉਹਦੇ ਬਾਰੇ ਜਿਹੜਾ ਲੋੜੀਂਦਾ ਕਾਨੂੰਨ ਹੈਗਾ ਹੈ ਜਿਹੜਾ ਮਤਲਬ ਇੱਕ ਫਾਰਮੂਲੇਟ ਕਰਨਾ ਹੈਗਾ, ਉਹ ਨਾ ਜ਼ਿਲ੍ਹਾ ਪ੍ਰਸ਼ਾਸਨ ਕਰਕੇ ਦੇ ਰਿਹਾ ਅਤੇ ਨਾ ਉਹ ਤਹਿਸੀਲ ਪ੍ਰਸ਼ਾਸਨ ਅਤੇ ਨਾ ਪੰਜਾਬ ਸਰਕਾਰ ਜਿਹੜੇ ਬਿਊਰੋਕ੍ਰੇਸੀ ਦਿੱਲੀ 'ਚ ਚੰਡੀਗੜ੍ਹ 'ਚ ਬੈਠੀ ਹੈ ਉਹ ਇਸ ਕੰਮ ਪਾਸੇ ਕੋਈ ਸੰਜੀਦਾ ਹੈਗੇ, ਉਹ ਗਹਿਰ ਗੰਭੀਰ ਨਹੀਂ ਹੈਗੇ। ਅਸੀਂ 31 ਜੁਲਾਈ ਤੋਂ ਲਗਾਤਾਰ ਇਹ ਪੱਕਾ ਧਰਨਾ ਚੱਲ ਰਿਹਾ ਹੈ ਅਤੇ ਕਾਨੂੰਨ ਕਹਿੰਦਾ ਕਿ ਜਿਹੜੀ ਵੀ ਅਰਜ਼ੀ ਦਿੱਤੀ ਜਾਂਦੀ ਹੈ BDPO ਦਫ਼ਤਰ ਉਹ 7 ਦਿਨਾਂ ਦੇ ਵਿੱਚ ਉਹਦਾ ਨਿਪਟਾਰਾ ਕਰਨਾ ਹੁੰਦਾ। 7 ਦਿਨਾਂ ਦੀ ਬਜਾਏ ਅੱਜ 5 ਹਫ਼ਤੇ ਹੋਣ ਵਾਲੇ ਨੇ, ਕਿਸੇ ਵੀ ਇੱਕ ਅਰਜ਼ੀ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਕਾਨੂੰਨ ਕਹਿੰਦਾ ਕਿ ਬੇਰੁਜ਼ਗਾਰੀ ਭੱਤੇ ਦੇ ਨਿਯਮ ਬਣਾਉਣੇ ਸੀ, 19 ਸਾਲ ਹੋ ਗਏ ਪੰਜਾਬ ਸਰਕਾਰ ਨੇ ਅਜੇ ਤੱਕ ਬੇਰੁਜ਼ਗਾਰੀ ਭੱਤੇ ਦੇ ਨਿਯਮ ਨਹੀਂ ਬਣਾਏ। ਹੁਣ ਕਹਿੰਦਾ ਬੇਰੁਜ਼ਗਾਰੀ ਭੱਤੇ ਦੇ ਨਿਯਮ ਪੰਜਾਬ ਸਰਕਾਰ ਨੇ ਬਣਾਉਣੇ ਨੇ, ਉਹਦੇ ਲਈ ਫੰਡ ਜਨਰੇਟ ਕਰਨਾ, ਅਫਸਰ ਸਫਾਈ ਤੋਂ ਮਤਲਬ ਸੰਯੁਕਤ ਵਿਕਾਸ ਕਮਿਸ਼ਨਰ ਤੋਂ ਲੈ ਕੇ ਉਹ ਸਾਰੇ ਕੈਬਨਿਟ ਦੇ ਕੋਲ ਜਾ ਚੁੱਕੇ ਨੇ, ਅਜੇ ਤੱਕ ਉਹਨਾਂ ਨੇ ਪਾਸ ਨਹੀਂ ਕੀਤਾ। ਪਿੱਛੇ ਜਦੋਂ ਇਲੈਕਸ਼ਨ ਸੀਗੀ ਅਸੀਂ ਉਦੋਂ ਸਾਡੀ ਮੀਟਿੰਗ ਸੀਗੀ, ਤਾਂ ਮੀਟਿੰਗ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਅਸੀਂ ਭੇਜ ਚੁੱਕੇ ਹਾਂ, ਇਲੈਕਸ਼ਨ ਖਤਮ ਹੋਏਗੀ, ਸਾਡੇ ਕੋਲ ਰਿਕਾਰਡ ਹੈ ਇਸ ਚੀਜ਼ ਦਾ, ਜਿਹੜਾ ਰਿਟਰਨ 'ਚ ਸਾਡੇ ਨਾਲ ਪ੍ਰੋਸੀਡਿੰਗ ਦੀ ਕਾਪੀ ਹੈ ਸਾਡੇ ਕੋਲ। ਉਹ ਕਹਿ ਰਹੇ ਨੇ ਕਿ ਜਦੋਂ ਵੀ ਇਲੈਕਸ਼ਨ ਖਤਮ ਹੁੰਦੀ ਹੈ, ਕੈਬਨਿਟ ਦੀ ਮੀਟਿੰਗ ਹੁੰਦੀ ਹੈ, ਤਾਂ ਇਹ ਜਿਹੜੇ ਨਿਯਮ ਨੇ ਬਣ ਜਾਣਗੇ। ਅਜੇ ਤੱਕ 2 ਮੀਟਿੰਗਾਂ ਹੋ ਚੁੱਕੀਆਂ ਨੇ, ਆਹ ਵਿਧਾਨ ਸਭਾ ਦਾ ਸੈਸ਼ਨ ਹੈ 2 ਦਿਨਾਂ ਨੂੰ, ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਊਂਠ ਦਾ ਬੁੱਲ ਗਿਰੇਗਾ ਕਿਤੇ। ਮੁੱਖ ਮੰਗ ਇਹ ਆ ਕਿ ਕਾਨੂੰਨ ਮੁਤਾਬਕ ਜਦੋਂ ਕੋਈ ਵੀ ਅਰਜ਼ੀ ਦਿੱਤੀ ਜਾਂਦੀ ਹੈ ਤਾਂ 7 ਦਿਨਾਂ 'ਚ ਨਿਪਟਾਰਾ ਕਰਨਾ ਹੁੰਦਾ। ਮੱਲੇਵਾਲ ਪਿੰਡ ਦੇ ਵਿੱਚ ਪਿਛਲੇ 2 ਸਾਲ ਤੋਂ ਲਗਾਤਾਰ ਨਿਯੁਕਤੀ ਪੱਤਰ ਦੇਣਾ ਹੁੰਦਾ ਕੰਮ 'ਤੇ ਲੱਗਣ ਤੋਂ ਪਹਿਲਾਂ, ਉਹ GRS ਨੂੰ ਕਿਹਦੀ ਸ਼ਾਇਆ ਨਹੀਂ ਪਤਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫੋਲੋ ਕਰੇਂ ਦੈਨਿਕ ਸਵੇਰਾ TV, YouTube, Facebook, Instagram, X और WhatsApp चैनल पर।